ਕਹਿੰਦੇ ਇੰਦਰਜੀਤ ਕੌਣ ਹੈਗਾ ਮੈਂ ਕਿਹਾ ਜੀ ਭਰਾ ਹੈਗਾ 25-30 ਪੁਲਿਸ ਵਾਲੇ ਉੱਥੇ ਆ ਕੇ ਖੜ ਗਏ ਗੱਡੀ ਰੁਕੀ ਉਹਨਾਂ ਨੇ ਸ਼ੀਸ਼ੇ ਤੋੜੇ ਸ਼ੀਸ਼ੇ ਤੋੜ ਕੇ ਗੋਲੀਆਂ 6 ਚੱਲੀਆਂ ਉੱਤੇ ਤੇ ਉਹ ਨਾਲ ਦੇ ਨਾਲ ਜਿਹੜੀ ਆ ਉਹ ਗੱਡੀ ਦੇ ਵਿੱਚ ਜੈਨ ਗੱਡੀ ਰੈੱਡ ਕਲਰ ਦੀ ਜੀ ਬੋਡੀ ਪਾ ਕੇ ਲੈ ਗਏ ਉਹ ਮ੍ਰਿਤਕ ਦਾ ਕੀ ਰਿਲੇਸ਼ਨ ਹੈ ਤੁਹਾਡੇ ਭਰਾ ਜੀ ਮੇਰਾ ਕੀ ਨਾਮ ਸੀ ਇੰਦਰਜੀਤ ਜੀ ਹੋਇਆ ਕੀ ਹੋਇਆ ਜੀ ਸਾਨੂੰ ਲਖਨਊ ਗਿਆ ਸੀਗਾ ਉਹ ਲਖਨਊ ਤੋਂ ਬਾਅਦ ਦਿੱਲੀ ਆਇਆ ਦਿੱਲੀ ਤੋਂ ਉਹਦਾ ਫੋਨ ਸਵਿੱਚ ਆਫ ਹੋ ਗਿਆ 7 ਤਰੀਕ ਨੂੰ ਹੁਣ ਸਾਨੂੰ ਕੱਲ੍ਹ ਫੋਨ ਆਇਆ ਸਾਨੂੰ ਹੁਸ਼ਿਆਰਪੁਰ ਥਾਣੇ 'ਚੋਂ ਉਹ ਪੁੱਛਦੇ ਕਹਿੰਦੇ ਇੰਦਰਜੀਤ ਕੌਣ ਹੈਗਾ ਮੈਂ ਕਿਹਾ ਜੀ ਭਰਾ ਹੈਗਾ ਕਹਿੰਦੇ ਇੱਦਾਂ ਕਰੋ ਜੰਡਿਆਲਾ ਗੁਰੂ ਥਾਣੇ 'ਚ ਚਲ ਜਾਓ ਠੀਕ ਹੈ ਕੀ ਹੋਇਆ ਕਹਿੰਦੇ ਉਹ ਰਹੇ ਨਹੀਂ ਹੈਗੇ ਜਦੋਂ ਅਸੀਂ ਇੱਥੇ ਆਏ ਅਤੇ ਪੁਲਿਸ ਸਟੇਸ਼ਨ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਜੀ ਤੁਸੀਂ ਇੱਦਾਂ ਕਰੋ ਤੁਸੀਂ ਪੋਸਟਮਾਰਟਮ ਹੋਣਾ ਆ ਅਸੀਂ ਕਿਹਾ ਕੀ ਹੋਇਆ ਜੀ ਕਹਿੰਦੇ ਐਕਸੀਡੈਂਟ ਹੋ ਗਿਆ ਹੁਣ ਅਸੀਂ ਕਿਹਾ ਐਕਸੀਡੈਂਟ ਹੋ ਗਿਆ ਤਾਂ ਚਲੋ ਦੇਖਦੇ ਹਾਂ ਜਾ ਕੇ ਅਸੀਂ ਉਹ ਮੁੰਡੇ ਕੋਲੋਂ ਅਸੀਂ ਇੱਥੇ ਆਏ ਪੋਸਟਮਾਰਟਮ ਕੱਲ੍ਹ ਹੋਣਾ ਸੀਗਾ ਵੈਸੇ ਪਰ ਡਾਕਟਰ 4:30 ਵਜੇ ਤੋਂ ਬਾਅਦ ਮਿਲੇ ਨਹੀਂ ਉਹਨਾਂ ਨੇ ਫਿਰ ਕੀ ਕੀਤਾ ਦਰਵਾਜ਼ਾ ਖੋਲ੍ਹਿਆ ਅਸੀਂ ਦੇਖਿਆ ਉਹਦੇ ਗੋਲੀਆਂ ਦੇ ਨਿਸ਼ਾਨ ਬੋਡੀ 'ਤੇ FIR ਦੇ ਵਿੱਚ ਕੋਈ ਵੀ ਕਿਤੇ ਨਹੀਂ ਲਿਖਿਆ ਗਿਆ ਕਿ ਹਾਂ ਉਹਦੇ ਗੋਲੀ ਦੇ ਨਿਸ਼ਾਨ ਲੱਗੇ ਆ ਕਿਤੇ ਗੋਲੀ ਲੱਗੀ ਆ ਬੋਡੀ 'ਤੇ ਉਹ 'ਚ ਲਿਖਿਆ ਗਿਆ ਟਾਇਰ 'ਤੇ ਗੋਲੀ ਮਾਰੀ ਆ ਮੌਕੇ 'ਤੇ ਜਿਹੜਾ ਜੰਡਿਆਲਾ ਗੁਰੂ ਦਾ ਟੋਲ ਪਲਾਜ਼ਾ ਹੈਗਾ ਆ ਉੱਥੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਪੁਲਿਸ ਵਾਲਿਆਂ ਨੇ 15-20 ਮਿੰਟ ਪਹਿਲਾਂ ਗੱਡੀ ਆਉਣ ਤੋਂ ਪੁਲਿਸ ਵਾਲੇ ਘੱਟੋ ਘੱਟ ਨਹੀਂ 25-30 ਪੁਲਿਸ ਵਾਲੇ ਉੱਥੇ ਆ ਕੇ ਖੜ ਗਏ ਗੱਡੀ ਰੁਕੀ ਉਹਨਾਂ ਨੇ ਸ਼ੀਸ਼ੇ ਤੋੜੇ ਸ਼ੀਸ਼ੇ ਤੋੜ ਕੇ ਗੋਲੀਆਂ 6 ਚੱਲੀਆਂ ਉੱਥੇ ਅਤੇ ਉਹ ਨਾਲ ਦੇ ਨਾਲ ਜਿਹੜੀ ਆ ਉਹ ਗੱਡੀ ਦੇ ਵਿੱਚ ਜੈਨ ਗੱਡੀ ਰੈੱਡ ਕਲਰ ਦੀ ਜੀ ਬੋਡੀ ਪਾ ਕੇ ਲੈ ਗਏ ਉਹ ਹੁਣ ਜਿਹੜਾ ਆ ਕਿਸਾਨ ਕਹਿ ਰਹੇ ਆ ਕਿ ਉਹ ਸਾਡੇ ਫੋਨਾਂ ਦੇ ਵਿੱਚੋਂ ਜਿਹੜੀਆਂ ਵੀਡੀਓਆਂ ਜਿਹੜੀਆਂ ਉਹ ਮੌਕੇ 'ਤੇ ਪੁਲਿਸ ਨੇ ਡਿਲੀਟ ਕਰਾ ਦਿੱਤੀਆਂ ਅਸੀਂ ਟੋਲ ਪਲਾਜ਼ੇ ਵਾਲੇ ਕੋਲ ਵੀਡੀਓ ਮੰਗੀ ਉਹਨੇ ਸਾਨੂੰ ਵੀਡੀਓ ਨਹੀਂ ਦਿੱਤੀ ਉਹ ਕਹਿੰਦਾ ਤੁਹਾਨੂੰ ਨਹੀਂ ਮਿਲ ਸਕਦੀ ਅਸੀਂ ਕਿਹਾ FIR ਦੀ ਕਾਪੀ ਲਿੱਤੀ ਆ ਉਹ ਕਹਿੰਦਾ ਨਹੀਂ ਕਹਿੰਦਾ ਗੁਰੂ ਗੁੜਗਾਉਂ ਤੋਂ ਮਿਲਣੀ ਆ ਸਾਨੂੰ ਉਹ ਵੀ ਨਹੀਂ ਮਿਲੀ ਅਸੀਂ ਹੁਣ ਇਹੀ ਮੰਗ ਕਰਦੇ ਹਾਂ ਜੀ ਜੋ ਵੀ ਹੈਗਾ ਵੀ ਇਹਨਾਂ ਨੂੰ ਕਿਹੜੀ ਉਹ ਇੱਦਾਂ ਦਾ ਕ੍ਰਿਮੀਨਲ ਸੀਗਾ ਅੱਜ ਤੱਕ ਉਹਦਾ ਹੁਸ਼ਿਆਰਪੁਰ ਪੁਲਿਸ ਦੇ ਵਿੱਚ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਕੋਈ PCR ਕਾਲ ਨਹੀਂ ਹੈਗੀ ਇੱਕ 0% ਹੈਗਾ ਫੋਰਨ ਗਿਆ ਸੀਗਾ ਫੋਰਨ ਤੋਂ ਆਇਆ ਹੈਗਾ ਆ ਅਤੇ ਉਹ ਹਾਲੇ ਤੱਕ ਇਹ ਕਲੀਅਰ ਹੀ ਨਹੀਂ ਕਰ ਰਹੇ ਹੈਗੇ ਵੀ ਗੋਲੀ ਚਲਾਉਣ ਦੀ ਕਿਹੜੀ ਨੌਬਤ ਆ ਗਈ ਜਿਹੜਾ 25-30 ਬੰਦੇ ਆ ਗਏ ਕਿਹਨੇ ਆਰਡਰ ਦੇ ਦਿੱਤਾ ਜੋ ਸਾਨੂੰ ਹਾਲੇ ਤੱਕ ਪਤਾ ਚੱਲਦਾ ਪਿਆ ਉਹ ਕਹਿੰਦੇ ਕਿ ਉੱਪਰੋਂ ਆਰਡਰ ਆਇਆ ਕੋਈ ਉੱਪਰੋਂ ਆਰਡਰ ਆਇਆ ਹੈਗਾ ਬਸ ਹਾਲੇ ਪਤਾ ਨਹੀਂ ਚੱਲਦਾ ਕਿਹਨੇ ਆਰਡਰ ਦਿੱਤਾ ਉਹ ਕਿਹੜਾ ਐਡਾ ਵੱਡਾ ਕ੍ਰਿਮੀਨਲ ਸੀਗਾ ਇਹਦੇ ਨਾਲੋਂ ਤਾਂ ਵਧੀਆ ਇਹ ਹੈਗਾ ਕਿ ਜੇ ਇਹ ਕਹਿ ਰਹੇ ਕਿ ਗੈਂਗਸਟਰ ਗੈਂਗਸਟਰ ਨਿਊਜ਼ ਚੈਨਲ ਵਾਲੇ ਵੀ ਕਹਿ ਰਹੇ ਗੈਂਗਸਟਰ ਜੇ ਕਿਤੇ ਉਹ ਗੈਂਗਸਟਰ ਹੁੰਦਾ ਤਾਂ ਅੱਜ ਉਹ ਇੱਦਾਂ ਮਰਿਆ ਨਹੀਂ ਹੋਣਾ ਸੀਗਾ ਅੱਜ ਉਹਦੀ ਲਾਸ਼ ਇੱਥੇ ਪਈ ਆ 3 ਦਿਨ ਹੋ ਗਏ ਆ ਉਹਦੇ ਨਾ ਹਾਲੇ ਤੱਕ ਕਿਸੇ ਨੇ ਦੇਖਿਆ ਹੈਗਾ ਨਾ ਕੁਛ ਹੈਗਾ ਉਹ ਵੀ ਅੱਜ ਵੀ ਅਸੀਂ ਗੋਲੀਆਂ ਦੇ ਨਿਸ਼ਾਨ ਆ ਹੱਥ ਗਲਵਸ ਪਾ ਕੇ ਅਸੀਂ ਦੇਖੇ ਆ ਕਿ ਆਹ ਗੋਲੀਆਂ ਲੱਗੀਆਂ ਇੱਥੇ ਗੋਲੀਆਂ ਲੱਗੀਆਂ ਆਹ ਸੱਟਾਂ ਲੱਗੀਆਂ ਅਤੇ ਸਾਨੂੰ ਬਸ ਇਹਦਾ ਜਵਾਬ ਚਾਹੀਦਾ ਵੀ ਕਿਹੜਾ ਬੰਦਾ ਸੀਗਾ ਜਿਹਨੇ ਆਰਡਰ ਦਿੱਤੇ ਆ ਅਤੇ ਉਹਨੇ ਕਿਹੜੀ ਕ੍ਰਿਮੀਨਲ ਐਕਟੀਵਿਟੀ ਦੇਖ ਲਈ ਇੱਦਾਂ ਦੀ ਕਿ ਜਿਹਨੂੰ ਦੇਖਦੇ ਹੋਏ ਨੇ ਇਹ ਕਹਿਤਾ ਵੀ ਗੋਲੀ ਮਾਰ ਦਿਓ ਮੌਕੇ 'ਤੇ ਨਹੀਂ ਪੁਲਿਸ ਵੱਲੋਂ ਤਾਂ ਆਰੋਪ ਲਗਾਏ ਜਾ ਰਹੇ ਨੇ ਵੀ ਇੰਦਰਜੀਤ ਵੱਲੋਂ ਵੀ ਪਹਿਲੇ ਗੋਲੀ ਚਲਾਈ ਗਈ ਔਰ ਉਹਨਾਂ 'ਤੇ ਗੱਡੀ ਚੜਾਉਣ ਦੀ ਕੋਸ਼ਿਸ਼ FIR ਦੀ ਕਾਪੀ 416 ਨੰਬਰ FIR ਆ ਕੋਈ ਵੀ ਬੰਦਾ ਔਨਲਾਈਨ ਕੱਢ ਕੇ ਦੇਖ ਸਕਦਾ ਉਹਦੇ ਵਿੱਚ ਉਹਨਾਂ ਨੇ ਕਿਤੇ ਨਹੀਂ ਲਿਖਿਆ ਕਿ ਇਹਦੇ ਕੋਲੋਂ ਬਰਾਮਦ ਹੋਇਆ ਕੁਛ ਵੀ ਕਿਤੇ ਨਹੀਂ ਲਿਖਿਆ ਕਿ ਇਹਦੇ ਕੋਲੋਂ ਕੋਈ ਗਨ ਬਰਾਮਦ ਹੋਈ ਆ ਕੁਛ ਬਰਾਮਦ ਹੋਇਆ ਆ ਉੱਤੇ ਸਿਰਫ ਇਹ ਲਿਖਿਆ ਗੱਡੀ ਰੁਕੀ ਆ ਨਾਲ ਹੀ ਸ਼ੀਸ਼ਾ ਤੋੜਿਆ ਆ ਉਹਨੂੰ ਲੈ ਗਏ ਆ ਉਸ ਤੋਂ ਬਾਅਦ ਕਿਤੇ ਨਹੀਂ ਲਿਖਿਆ ਉਹਦੇ ਗੋਲੀ ਵੀ ਲੱਗੀ ਆ ਹੁਣ ਤੁਸੀਂ ਇਹਦਾ ਇਨਸਾਫ ਕਰੋ ਵੀ ਦੱਸੋ ਜੇ ਉਹਦੇ 'ਚ ਲਿਖਿਆ ਹੀ ਨਹੀਂ ਗਨ ਮਿਲੀ ਉਹਦੇ ਕੋਲੋਂ FIR 'ਚ ਤਾਂ ਫਿਰ ਉਹ ਗਨ ਕਿੱਥੋਂ ਆ ਗਈ ਉਹਦੇ 'ਚ ਇਹ ਨਹੀਂ ਲਿਖਿਆ ਜਿਹੜਾ ਬੰਦੇ ਦਾ ਫੋਨ ਸੀਗਾ ਜਿਹੜੇ ਬੰਦੇ ਦੀ ਗੱਡੀ ਸੀਗੀ ਉਹ 'ਚ ਗੱਡੀ ਖੋਈ ਗਈ ਸੀ ਇਹ ਜੀ ਸਾਨੂੰ ਕੁਛ ਨਹੀਂ ਪਤਾ ਗੱਡੀ ਕਿਹਨੇ ਖੋਈ ਕਿੱਥੋਂ ਖੋਈ ਸਾਨੂੰ ਤਾਂ ਸਿਰਫ ਜਦੋਂ ਕੱਲ੍ਹ ਫੋਨ ਆਇਆ ਥਾਣੇ ਹੁਸ਼ਿਆਰਪੁਰ ਤੋਂ ਕਿ ਆਪਣੇ ਬ੍ਰਦਰ ਨੂੰ ਜਾਓ ਉੱਥੇ ਆਪਣੇ ਜੰਡਿਆਲਾ ਅਤੇ ਉਹ ਕਹਿੰਦੇ ਉੱਥੇ ਆ ਕੇ ਦੇਖ ਲਓ ਆ ਕੇ ਕਹਿੰਦੇ ਉਹ ਤੁਹਾਡਾ ਬ੍ਰਦਰ ਉੱਥੇ ਹੈਗਾ ਆ ਜਦੋਂ ਸਾਨੂੰ ਇੱਥੇ ਲਾਸ਼ ਮਿਲੀ ਆ ਸਾਨੂੰ ਹਾਲੇ ਕੁਛ ਨਹੀਂ ਪਤਾ ਵੀ ਦਿੱਲੀਓਂ ਕਿੱਦਾਂ ਆ ਅੰਬਾਲਿਓਂ ਕਿੱਦਾਂ ਆਇਆ ਕਿਹੜਾ ਬੰਦੇ ਨੇ ਟਰੈਕ ਕੀਤਾ ਕਿੱਥੋਂ ਗੱਡੀ ਆਈ ਉਹ ਕੁਛ ਨਹੀਂ ਜੀ ਪਤਾ ਹਾਲੇ ਜੋ ਵੀ ਇਨਵੈਸਟੀਗੇਸ਼ਨ ਹੋ ਗਈ ਉਹ ਸਾਨੂੰ ਉਸ ਟਾਈਮ ਪਤਾ ਚੱਲੂਗਾ ਕੀ ਹੋਇਆ ਕੀ ਤੁਹਾਡੀ ਡਿਮਾਂਡ ਕੀ ਆ ਸਾਡੀ ਤਾਂ ਡਿਮਾਂਡ ਇਹੀ ਆ ਜੀ ਜਿਹੜਾ ਸਾਡਾ ਬੰਦਾ ਜਾਣਾ ਸੀ ਉਹ ਤਾਂ ਚਲਾ ਗਿਆ ਘੱਟੋ ਘੱਟ ਜਿਹੜੇ ਮਾਮਾ ਦੇ ਪੋਤੇ ਉੱਦਾਂ ਮਾਰਦੇ ਹੈਗੇ ਆ ਇਹ ਬਿਨਾਂ ਕਿਸੇ ਵਜ੍ਹਾ ਤੋਂ ਉਹਦਾ ਕਦੋਂ ਇਨਸਾਫ ਮਿਲੂਗਾ ਸਾਨੂੰ ਸਿਰਫ ਇਨਸਾਫ ਦਵਾਓ ਨਾ ਕਿ ਸਿਰਫ ਇਹ ਕਹੋ ਇਹਨਾਂ ਦੇ ਕਹਿਣਿਆਂ 'ਤੇ ਜਿਹਨੂੰ ਵੀ ਇਹ ਗੋਲੀ ਮਾਰ ਦੇਣ ਉਹਨੂੰ ਸਿਰਫ ਇਹ ਕੀ ਦੱਸਦੇ ਹੈਗੇ ਆ ਕਿ ਉਹ ਬਸ ਉਹ ਗੈਂਗਸਟਰ ਸੀਗਾ ਬਸ ਜਿੱਤੇ ਮਰਜ਼ੀ ਧੱਬਾ ਲਾ ਦਿੰਦੇ ਗੈਂਗਸਟਰ ਆ ਅੱਜ ਤੁਸੀਂ ਆਓ ਕੀ ਲੋੜ ਸਮਝਦੇ ਹੋ ਪੁਲਿਸ ਨੂੰ ਭਾਈ ਫੇਕ ਐਨਕਾਊਂਟਰ ਕੀਤਾ ਗਿਆ ਉਹ ਪੁਲਿਸ ਹੀ ਦੱਸ ਸਕਦੀ ਹੈ ਜੀ ਕੀ ਪਤਾ ਕਿਹਦਾ ਝੂਠਾ ਮੁਕੱਦਮਾ ਕਿਹਦੀ ਗੱਲ ਕਿਹਦੇ ਸਿਰ ਪਾਣੀ ਸੀਗੀ ਜੇ ਕੋਈ ਇਨਕਾਊਂਟਰ ਵਾਲਾ ਜਾਂ ਬਈ ਇੱਦਾਂ ਦਾ ਬੰਦਾ ਹੁੰਦਾ ਆ ਅਤੇ ਉਹ ਇਹਨਾਂ ਦੇ ਮੂਹਰੇ ਲਿਆ ਕੇ ਗੱਡੀ ਖੜ੍ਹੀ ਕਰ ਦਿੰਦਾ ਕਿ ਲਿਆਓ ਮੇਰੇ ਗੋਲੀਆਂ ਮਾਰੋ ਜੀ
ਤੇ ਵਿੱਚ ਇਹ GPS ਤੋਂ ਟ੍ਰੇਸ ਕਰਦੇ ਰਹਿੰਦੇ ਫੋਨ ਤੋਂ ਲੋਕੇਸ਼ਨ ਕਿ ਇੱਥੇ ਪਹੁੰਚ ਗਿਆ ਇੱਥੇ ਪਹੁੰਚ ਗਿਆ 15 ਮਿੰਟ ਪਹਿਲਾਂ ਇਹ ਆ ਕੇ ਖੜ ਗਏ ਉੱਥੇ ਸਾਰੇ ਜਣੇ 25 30 ਬੰਦੇ 25 30 ਬੰਦਿਆਂ ਨੇ ਸ਼ੀਸ਼ੇ ਤੋੜੇ ਸ਼ੀਸ਼ੇ ਤੋੜ ਕੇ ਗੱਡੀ 'ਚ ਗੋਲੀ ਮਾਰੀ ਆ ਇਹਨਾਂ ਦਾ ਹੁਣ ਜੋ ਕਿਸਾਨ ਜਥੇਬੰਦੀਆਂ ਉੱਥੇ ਬੈਠੀਆਂ ਕਹਿੰਦੀਆਂ 6 ਗੋਲੀਆਂ ਚੱਲੀਆਂ ਆ ਨਹੀਂ ਤੁਸੀਂ ਵੀ ਆਪਣੇ ਭਰਾ ਦੀ ਡੈਡ ਬੋਡੀ ਦੇਖ ਕੇ ਆਏ ਹੋ ਕਿੰਨੀ ਗੋਲੀਆਂ ਲੱਗੀਆਂ ਉਹਦੇ ਚੈਸਟ 'ਚ ਗੋਲੀ ਲੱਗੀ ਹੈਗੀ ਆ ਡਾਕਟਰਾਂ ਨੇ SDM ਸਾਹਿਬ ਆਪਣੇ ਹੀਰਾ ਜੀ ਜਿਹੜੇ ਆ ਉਹਨਾਂ ਨੇ ਖੁਦ ਦੇਖਿਆ ਹੈਗਾ ਚੈਸਟ 'ਚ ਗੋਲੀ ਲੱਗੀ ਆ ਇੱਥੇ ਬਾਂਹ 'ਤੇ ਇੰਜਰੀ ਆ ਲੱਤ 'ਤੇ ਇੰਜਰੀ ਆ ਸੱਜੀ ਬਾਂਹ 'ਤੇ ਇੰਜਰੀ ਹੈਗੀ ਆ ਉਹ ਗੋਲੀ ਦੀ ਆ ਕਿਹਦੀ ਆ ਉਹਦਾ ਪੋਸਟਮਾਰਟਮ ਜਿਹੜਾ ਹਲੇ ਕਰ ਰਹੇ ਹੈਗੇ ਆ ਇੱਥੇ ਜਿਹੜੀ FIR ਦੀ ਰਿਪੋਰਟ ਵੀ ਸੀਗੀ ਉਹਦੇ ਵਿੱਚ ਵੀ ਇਹਨਾਂ ਨੇ ਕਈ ਚੀਜ਼ਾਂ ਵਿੱਚ ਲਿਖੀਆਂ ਹੀ ਨਹੀਂ ਸੀਗੀਆਂ ਜਿੱਦਾਂ ਕਿ ਕੋਈ ਇੱਕ ਗੋਲੀ ਦਾ ਨਿਸ਼ਾਨ ਤੱਕ ਨਹੀਂ ਲਿਖਿਆ ਸੀਗਾ ਇਹ ਕਹਿੰਦੇ ਜੀ CI ਸਟਾਫ ਨੂੰ ਪਤਾ ਸਾਰਾ ਕੁਝ CI ਸਟਾਫ ਨੂੰ ਪਤਾ ਉਹਨਾਂ ਨੂੰ ਪਤਾ ਉਹਨਾਂ ਨੇ ਗੋਲੀਆਂ ਚਲਾਈਆਂ ਲੋਕਲ ਪੁਲਿਸ ਦਾ ਕੁਝ ਨਹੀਂ ਹੈਗਾ ਕਹਿੰਦੇ ਇਹ ਤਾਂ ਹੱਦ ਵੀ ਜਿਹੜੀ ਆ ਉਹ CI ਸਟਾਫ ਦੀ ਨਹੀਂ ਸਾਨੂੰ ਨਹੀਂ ਕੋਈ ਇਨਫੋਰਮੇਸ਼ਨ ਮਿਲੀ ਇਹਦੀ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਤਾਂ ਜੀ ਇਨਸਾਫ ਚਾਹੁੰਦੇ ਆ ਸਿਰਫ ਹੁਣ ਸਾਡਾ ਜਿਹੜਾ ਬੰਦਾ ਸੀਗਾ ਉਹ ਚਲਾ ਗਿਆ ਲੇਕਿਨ ਲੋਕਾਂ ਦੇ ਜਿਹੜੀ ਮਾਵਾਂ ਦੇ ਪੁੱਤ ਹੈਗੇ ਆ ਉਹ ਇਦਾਂ ਹੀ ਨਾ ਮਰਨ ਇਹਨਾਂ ਨੂੰ ਘੱਟੋ ਘੱਟ ਇਹ ਤਾਂ ਦੱਸਣ ਕਿ ਹਾਂ ਇਹਨਾਂ ਦੇ ਕਾਰਨ ਕੀ ਹੈਗਾ ਕਿਹਦਾ ਕੇਸ ਕਿਹਦੇ ਤੇ ਪਾਉਣ ਲੱਗੇ ਸੀਗੇ ਕਿਉਂ ਕੇਸ ਨੂੰ ਘੁਮਾਇਆ ਗਿਆ ਕਿ ਇਹਨੂੰ ਇਹ ਬਚਾਉਣਾ ਚਾਹੁੰਦੇ ਪਏ ਆ ਜਿਹਦੇ ਲਈ ਇਹਨਾਂ ਨੇ ਉਹਦਾ ਕਤਲ ਕਰ ਦਿੱਤਾ ਮੈਜਿਸਟਰੇਟ ਜਾਂਚ ਦੀ ਮੰਗ ਕੀਤੀ ਅਸੀਂ ਤਾਂ ਜੀ ਹਾਈ ਕੋਰਟ ਦੀ ਮੰਗ ਕਰਦੇ ਹੈਗੇ ਮੈਜਿਸਟਰੇਟ ਜਾਂਚ ਦੀ ਕੰਮ ਕਰਦੇ ਆ ਸਾਨੂੰ ਤਾਂ ਸਿਰਫ ਇਨਸਾਫ ਦਵਾਓ ਇਨਸਾਫ ਮੈਨੂੰ ਲੱਗਦਾ ਨਹੀਂ ਪਏ ਕਾਨੂੰਨ ਜਿਹੜਾ ਉਹ ਦਬਾ ਪਾਊਗਾ ਕਿਉਂਕਿ ਵੈਸੇ ਇੱਥੇ ਹਰ ਇੱਕ ਚੀਜ਼ ਅੰਨੀ ਹੋਈ ਪਈ ਆ ਕਿਸਾਨ ਧਰਨੇ ਤੇ ਬੈਠੇ ਆ ਬੰਦੇ ਸੜਕਾਂ ਤੇ ਰੋਂਦੇ ਪਏ ਆ ਤੇ ਉੱਤੋਂ ਦੀ ਇਹ ਇਨਕਾਊਂਟਰ ਕਰ ਰਹੇ ਹੈਗੇ ਆ ਉਹਦਾ ਪ੍ਰੋਸੈਸ ਚੱਲ ਰਿਹਾ ਬਾਡੀ ਨੂੰ ਜੋ ਸਾਰੇ ਮੈਡੀਕਲ ਪ੍ਰੋਸੈਸਿਸ ਨੇ ਸਿਟੀ ਸਕੈਨ ਤੇ ਐਕਸਰੇ ਵਾਸਤੇ ਭੇਜਿਆ ਗਿਆ ਅੱਜ ਪੋਸਟਮਾਰਟਮ ਹੋਏਗਾ ਵਿਸਟਾ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਇਨਕੁਆਇਰੀ ਕਿਸੇ ਵੀ ਤਰ੍ਹਾਂ ਕੰਕਲੂਡ ਹੋਏਗੀ ਤੇ ਲੈਟਸ ਨਾਟ ਰਸ਼ ਟੂ ਐਨੀ ਕੰਕਲੂਜਨ ਸਰ ਏਰੀਆ ਪੈਂਦਾ ਸੀ ਦਿਹਾਤੀ ਪੁਲਿਸ ਦਾ ਤੇ ਸ਼ਹਿਰੀ CI ਸਟਾਫ ਉੱਥੇ ਕੀ ਕਰਨਗੇ ਦਿਸ ਇਜ਼ ਆ ਆਲ ਪਾਰਟ ਆਫ ਇਨਕੁਆਇਰੀ ਜੀ ਜਦ ਇਨਕੁਆਇਰੀ ਹੋਏਗੀ ਕੋਈ ਆਫੀਸਰ ਕਿਵੇਂ ਆਪਰੇਸ਼ਨਲ ਡਿਊਟੀ ਤੇ ਆਇਆ ਜਾਂ ਫਿਰ ਓਵਰਲੈਪਿੰਗ ਜੁਰਿਸਡਿਕਸ਼ਨ 'ਚ ਕਿਵੇਂ ਗਿਆ ਉਹ ਦੇਖ ਲਿੱਤਾ ਜਾਏਗਾ ਹਲੇ ਐਵਰੀਥਿੰਗ ਇਜ਼ ਅੰਡਰ ਇਨਕੁਆਇਰੀ ਜਿਸ ਬੰਦੇ ਦੀ ਮੌਤ ਹੋਈ ਸਰ ਕਹਿੰਦੇ ਉੱਤੇ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਜਿਹਦਾ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਕੋਲ ਬਲੱਡਡ ਮਰਡਰ ਆ ਅਗੇਨ ਦਿਸ ਇਜ਼ ਅ ਮੈਟਰ ਆਫ ਇਨਕੁਆਇਰੀ ਜਦ ਇਨਕੁਆਇਰੀ ਤੋਂ ਬਾਅਦ ਕਲੀਅਰ ਹੋਏਗਾ ਕਿ ਇਹ ਆਪਰੇਸ਼ਨਲ ਇਸ਼ੂ ਹੈ ਜਾਂ ਫਿਰ ਕੋਈ ਫਾਉਲ ਪਲੇ ਹੈ ਤੇ ਕਿੰਨੇ ਦਿਨ 'ਚ ਸਰ ਪੋਸਟਮਾਰਟਮ ਰਿਪੋਰਟ ਕਦੋਂ ਤੱਕ ਆ ਜਾਏਗੀ ਜੀ ਪੋਸਟਮਾਰਟਮ ਰਿਪੋਰਟ ਤਾਂ ਜੀ ਲੈਬਸ ਤੇ ਸੈਂਪਲ ਜਾਊਂਗੇ ਵਿਸਰਾ ਦੇ ਜੀ ਉਸ ਤੋਂ ਬਾਅਦ ਹੀ ਕੰਕਲੂਡ ਕਰ ਪਾਵਾਂਗੇ ਪੋਸਟਮਾਰਟਮ ਸਾਡੀ ਕੋਸ਼ਿਸ਼ ਹੈ ਕਿ ਅੱਜ ਦੇ ਦਿਨਾਂ ਦੇ ਵਿੱਚ ਹੀ ਕੰਪਲੀਟ ਕਰਕੇ ਬੋਡੀ ਪਰਿਵਾਰ ਨੂੰ ਹੈਂਡਓਵਰ ਕਰ ਦਿੱਤੀ ਜਾਵੇ ਪਰਿਵਾਰ ਨੇ ਇਹ ਆਰੋਪ ਲਗਾਇਆ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਸਿੱਧੀਆਂ 6 ਗੋਲੀਆਂ ਦੀ ਗੱਲ ਕੀਤੀ ਜਾ ਰਹੀ ਵੀ ਸਿੱਧੀਆਂ 6 ਗੋਲੀਆਂ ਮਾਰੀਆਂ ਗਈਆਂ ਜਦਕਿ ਪੁਲਿਸ ਕਹ ਰਹੀ ਹੈ ਇੱਕੋ ਗੋਲੀ ਕਮਰ 'ਚ ਮਾਰੀ ਗਈ ਹੈ ਪਰਿਵਾਰ ਦਾ ਕਹਿਣਾ ਹੈ ਜੀ ਜੋ ਤੇ ਜੋ ਵੀ ਪੋਸਟਮਾਰਟਮ ਦੀ ਰਿਪੋਰਟ 'ਚ ਆਇਆ ਕਿੰਨੇ ਗਨ ਸ਼ਾਟ ਵੂੰਡ ਨਿਕਲਦੇ ਨੇ ਜੀ ਅਤੇ ਉਹ ਪੋਸਟਮਾਰਟਮ ਤੋਂ ਬਾਅਦ ਹੀ ਕਲੀਅਰ ਹੋਣਗੇ ਹਲੇ ਪ੍ਰਾਈਮ ਆਫ ਸਾਈਡ ਦੀ ਕੋਈ ਗੱਲ ਨਹੀਂ ਅਤੇ ਪਰਿਵਾਰ ਨੂੰ ਇਸ ਗੱਲ ਦਾ ਸੰਤੋਸ਼ ਦਿਲਾਇਆ ਗਿਆ ਕਿ ਜੋ ਵੀ ਹੋਏਗਾ ਇੱਕਦਮ ਪਾਰਸ਼ਲ ਅਤੇ ਕਲੀਅਰ ਤਰੀਕੇ ਨਾਲ ਹੋਏਗਾ ਅਤੇ ਉਹਨਾਂ ਨੂੰ ਇਨਕੁਆਇਰੀ ਦੇ ਵਿੱਚ ਪਾਰਟਿਸਪੇਟ ਕਰਵਾਇਆ ਇਸ ਮਾਮਲੇ ਵਿੱਚ FIR ਦਰਜ ਕੀਤੀ ਗਈ FIR ਤਾਂ ਹੋਣੀ ਹੈ ਉਹ ਦਰਜ ਕੀਤੀ ਗਈ ਦੁਖੀ ਭੈਣ ਭਰਾਵਾਂ ਦੇ ਮਸੀਹਾ ਪੰਜਾਬ ਦੇ ਮਸ਼ਹੂਰ ਜੋਤਿਸ਼ 50 ਸਾਲਾਂ ਦਾ ਮਹਾਨ ਤਜਰਬਾ ਸਵਾਮੀ ਸ਼ੁਕਰਾਚਾਰੀਆ ਮਾਂ ਕਾਲੀ ਉਪਾਸਕ ਤਾਂਤਰਿਕ ਵਿਧੀ ਨਾਲ ਪਾਓ 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ 'ਚ ਝਗੜਾ ਪ੍ਰੇਮ ਵਿਆਹ 'ਚ ਰੁਕਾਵਟ ਸੌਧਨ ਦੁਸ਼ਮਣ ਦਾ ਖਾਤਮਾ ਵਿਦੇਸ਼ 'ਚ ਪੱਕਾ ਹੋਣਾ ਕੀਤਾ ਕਰਾਇਆ ਗੁਪਤ ਵਸ਼ੀਕਰਨ ਕਰਾਓ ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ 'ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ 98 729 0 14 31